ਜਿਸ ਦੇ ਵੱਡੇ ਅਵਰ ਨਾ ਕੋਈ ਐਸਾ ਸਤਿਗੁਰ ਲੋੜ ਲਹੋ ਜਿਸ ਦੇ ਵੱਡੇ ਅਵਰ ਨਾ ਕੋਈ ਐਸਾ ਸਤਿਗੁਰ ਲੋੜ ਲਹੋ ਜਿਸ ਦੇ ਵੱਡੇ ਅਵਰ ਨਾ ਕੋਈ ਬਾਹਰ ਨਹੀਂ ਹੈ ਇਹ ਤੇਰੇ ਸਮੇਂ ਦੇ ਜਿਹੜਾ ਜਿੰਨਾ ਗੇੜ ਹੈ ਇਹ ਤੇਰੀ ਰਜਾ ਸਤਕਾਲ ਨਾਨਕ ਤੇਨ ਦਿਓਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ
ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰ ਨਾਜ਼ਰ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਅੰਮ੍ਰਿਤ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਪਵਿੱਤਰ ਵਾਕ ਹਨ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀਅ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਵਾਹਿਗੁਰੂ ਸਾਹਿਬ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਬਚਨ ਸਿੰਘ ਜੀ ਵਾਹਿਗੁਰੂ ਸਾਹਿਬ ਜੀਓ ਆਪ ਜੀ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਉਰਜ ਰੋਜ਼ ਪਹਿਲਾਂ ਇਸ ਮਾਤ ਲੋਕ ਤੋਂ ਚਲਾਣਾ ਕਰ ਗਏ ਸਨ ਵਾਹਿਗੁਰੂ ਸਾਹਿਬ ਜੀਓ ਸੋ ਸਾਰੇ ਹੀ ਪਰਿਵਾਰ ਵੱਲੋਂ ਮਿਲ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਰੂਹ ਕਲਿਆਣਤਾ ਲਈ ਆਪ ਜੀ ਦਾ ਉਟਾਸਰਾ ਤੱਕਦੇ ਹਾਂ ਪਹਿਲਾਂ ਉਹਨਾਂ ਦੇ ਗ੍ਰਹਿ ਵਿਖੇ ਮੁਬਾਰਕ ਚਰਨ ਪਵਾ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਮਹਾਨ ਕਿਰਪਾ ਦੁਆਰਾ ਨਿਰਵਿਘਨਤਾ ਸਹਿਤ ਭੋਗ ਪਏ ਹਨ ਵਾਹਿਗੁਰੂ ਸਾਹਿਬ ਜੀਓ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਹਰ ਜਸ ਕੀਰਤਨ ਕਥਾ ਵਿਚਾਰ ਹੋਈ ਹੈ ਵਾਹਿਗੁਰੂ ਸਾਹਿਬ ਜੀਓ ਜਿਉਂ ਭਾਵੈ ਤਿਉਂ ਰਾਖੋ ਮੇਰੇ ਸਵਾਮੀ ਅਤੇ ਮਹਾਂਵਾਕ ਅਨੁਸਾਰ ਵਿਛੜੀ ਰੂਹ ਜਿੱਥੇ ਵੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਏ ਨਾਨਕਾ ਸੱਦੇ ਉੱਠੇ ਜਾਏ ਕੱਲੇ ਆਏ ਨਾਨਕਾ ਸੱਦੇ ਉੱਠੇ ਜਾਏ ਅਤੇ ਮਹਾਂਕਥਨ ਵਾਕ ਅਨੁਸਾਰ ਰਾਣਾ ਰਹੁ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਇਸੇ ਹੀ ਸੰਦਰਭ ਦੇ ਵਿੱਚ ਸਾਡੇ ਮਾਨਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਹੀ ਭੈਣ ਭਰਾ ਰਿਸ਼ਤੇਦਾਰ ਸਾਕ ਸੰਬੰਧੀ ਮਹੱਲਾ ਨਿਵਾਸੀ ਇਲਾਕਾ ਨਿਵਾਸੀ ਔਰ ਸ਼ਹਿਰ ਨਿਵਾਸੀ ਸਾਰੇ ਹੀ ਸਤਿਗੁਰ ਦੇ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹਾਂ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਪਵ ਜਲ ਫੇਰਾ ਸਤਿਗੁਰ ਦੇ ਚਰਨਾਂ ਮੇਰੇ ਵੀਰਾਂ ਨੇ ਬਹੁਤ ਵਧੀਆ ਕੀਰਤਨ ਦੇ ਕੁਛ ਸਮਝਾ ਦਿੱਤਾ ਹੈ ਕੀਰਤਨ ਦੀ ਮਾਤਾ ਹੈ ਅਫਸੋਸ ਦੇ ਟਾਈਮ ਦੇ ਵਿੱਚ ਭਰਾ ਇਕੱਠੇ ਹੋ ਕੇ ਜਦੋਂ ਕੀਰਤਨ ਸੁਣਦੇ ਆ ਅਰਦਾਸ ਕਰਦੇ ਹੈ ਤਾਂ ਮੈਂ ਕਹਿੰਦਾ ਕਿ ਜੋ ਪਰਮਾਤਮਾ ਮਰਨ ਲਿਖਾਏ ਮੰਡਪ ਦੇ ਆਇਆ ਜਦੋਂ ਬੰਦੇ ਨੂੰ ਜ਼ਿੰਦਗੀ ਮਿਲਦੀ ਹੈ ਨਾਲ ਹੀ ਮੌਤ ਨਿਸ਼ਚਿਤ ਹੋ ਜਾਂਦੀ ਹੈ ਨਾ ਕੋਈ ਆਪਣੀ ਮਰਜ਼ੀ ਨਾਲ ਆਉਂਦਾ ਹੈ ਅਤੇ ਨਾ ਹੀ ਕੋਈ ਆਪਣੀ ਮਰਜ਼ੀ ਨਾਲ ਜਾਂਦਾ ਹੈ ਪਿੱਛੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ ਹਰ ਬੰਦਾ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਜੋ ਪਗੜੀ ਦੀ ਰਸਮ ਜਾਂ ਪਗੜੀ ਲੈ ਕੇ ਆਏ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇੱਥੇ ਸਾਡੇ ਕੋਲ ਵਧਾਰਨ ਦੀ ਕਿਰਪਾਲਤਾ ਕਰਨ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੀ ਫਿਰ ਬੇਨਤੀ ਹੈ ਕਿ ਕੁਰਸੀਆਂ 'ਤੇ ਸਾਹਮਣੇ ਬੈਠਣ ਨਾਲੋਂ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਉਹ ਗੁਰੂ ਦੀ ਹਦੂਦ ਦੇ ਅੰਦਰ ਆਈਏ ਇਸੇ ਵਿੱਚ ਗੁਰੂ ਦੀ ਖੁਸ਼ੀ ਹੈ ਸੋ ਬੇਨਤੀ ਮੇਰੀ ਨੂੰ ਜ਼ਰਾ ਪ੍ਰਵਾਨ ਕਰਿਓ ਜੀ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਫਿਰ ਬੇਨਤੀ ਹੈ ਕਿ ਉਹ ਗੁਰੂ ਦੀ ਹਦੂਦ ਦੇ ਅੰਦਰ ਆਈਏ ਗੁਰੂ ਦੇ ਹਰ
ਜਿਸ ਦੇ ਵੱਡੇ ਅਵਰ ਨਾ ਕੋਈ। ਐਸਾ ਸਤਿਗੁਰ ਲੋੜ ਲਹੁ ਜਿਸ ਦੇ ਵੱਡੇ ਅਵਰ ਨਾ ਕੋਈ। ਐਸਾ ਸਤਿਗੁਰ ਲੋੜ ਲਹੁ ਜਿਸ ਦੇ ਵੱਡੇ ਅਵਰ ਨਾ ਕੋਈ। ਮੈਂ ਵੀ ਜਾਣਾ, ਪਤਾ ਮੈਨੂੰ ਵੀ ਹੈ ਕਿ ਮੈਂ ਵੀ ਜਾਣਾ ਤੇ ਮੈਂ ਰੋ ਵੀ ਰਹੀ ਹਾਂ। ਹੰਪੀ ਵੰਜਾਂ ਡੂਮਣੀ ਇਹ ਦੁਚਿੱਤੀ ਪੈ ਗਈ ਹੈ, ਇਹ ਦੁਚਿੱਤੀ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਕਿ ਮੈਂ ਸੁਨੇਹੀ ਗੋਰੀਏ ਆਪਣ ਕੰਨੀ ਸੋਏ ਲੱਗਾ।
ਉਹ ਸਦਾ ਲਈ ਪੇਕੇ ਘਰ ਨਹੀਂ ਰਹਿ ਸਕਦੀ। ਫਿਰ ਇੱਕ ਵਾਰੀ ਵਿਆਹੀ ਗਈ ਕੀ ਨਾ ਸੁਨੇਹੀ ਬੋਲੀਏ, ਇਹ ਮੇਰੀ ਆਤਮਾਵਾਂ ਇਹ ਮੇਰੀ ਰੂਹੇ ਤੂੰ ਇਸ ਸੰਸਾਰ ਦੀ ਰੀਤ ਨੂੰ ਸੁਣਿਆ ਨਹੀਂ। ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ, ਆਪਣੇ ਕੰਨਾਂ ਦੇ ਨਾਲ ਕੀ ਭਲਾ ਲੱਗੀ ਆਵੇ ਸੋਹਰਾ। ਉਹ ਧੀ ਨੂੰ ਸੋਹਰੇ ਘਰ ਜਾਣਾ ਹੀ ਪੈਂਦਾ ਹੈ, ਨਿੱਤ ਨਾ ਪਈਆ ਹੋਏ ਉਹ ਕਦੀ ਵੀ ਪੱਕਿਆਂ ਪੇਕੇ ਘਰ ਪਈਆ ਤੂੰ ਪਾਪ ਪੇਕਾ ਘਰ ਨਹੀਂ ਰਹਿ ਸਕਦੀ। ਇਸੇ ਤਰ੍ਹਾਂ ਤੈਨੂੰ ਵੀ ਆਪਣੇ ਸੋਹਰੇ ਘਰ ਜਾਣਾ ਹੀ ਪੈਣਾ ਹੈ, ਇਹ ਤੇਰਾ ਪੇਕਾ ਘਰ ਹੈ, ਇੱਥੇ ਤੂੰ ਪੱਕਿਆ ਨਹੀਂ ਬਹਿ ਰਹਿਣਾ। ਇਹ ਗੱਲ ਨੂੰ ਸੁਣ ਲਈ, ਇਸ ਸੰਸਾਰ ਦੀ ਜਿਹੜੀ ਰੀਤੀ ਬਣਾਈ ਹੈ ਨਾ ਇਹਦੇ ਤੋਂ ਸਿੱਖਿਆ ਲੈ ਲੈ। ਨਾਨਕ ਸੁੱਤੀ ਪਈ ਹੈ, ਇੱਕ ਗੱਲ ਹੋਰ ਸੁਣ ਲੈ, ਨਾਨਕ ਸੁੱਤੀ ਪਈ ਹੈ। ਪਈ ਹੈ ਦਾ ਪਰਮਾਤਮਾ ਨਾਲ ਅੱਗੇ ਵੀ ਕੀਤਾ ਕਿ ਪੇਕਾ ਘਰ, ਜਿਹੜੀਆਂ ਸੁੱਤੀਆਂ ਰਹਿੰਦੀਆਂ ਹਨ ਪੇਕੇ ਘਰ ਜਾ ਕੇ ਸੰਸਾਰ ਦੀ ਰੀਤ ਤੋਂ ਤੈਨੂੰ, ਸੰਸਾਰ ਦੀ ਰੀਤੀ ਰਿਵਾਜ ਤੋਂ ਤੈਨੂੰ ਮੈਂ ਦੱਸਣਾ ਸ਼ੁਰੂ ਕਰ ਦਿੰਦਾ। ਗੁਰੂ ਸਾਹਿਬ ਜੀ ਕਹਿ ਰਹੇ ਹਨ ਨਾਨਕ ਸੁੱਤੀ ਪਈ ਹੈ, ਜਿਹੜੀਆਂ ਸੁੱਤੀਆਂ ਰਹਿੰਦੀਆਂ ਨੇ ਨਾ ਜਾਣ ਬਿਰਤੀ ਸਨ, ਅਕਸਰ ਉਹਨਾਂ ਦੇ ਸਹੁਰੇ ਘਰ ਸਨ ਲੱਗ ਜਾਇਆ ਕਰਦੀ ਹੈ, ਉਹਨਾਂ ਦਾ ਸਾਰਾ ਹੀ ਕੁਝ ਕੀਮਤੀ ਸਮਾਨ ਗਵਾਚ ਜਾਇਆ ਕਰਦਾ। ਜਿਹੜੀਆਂ ਪੇਕੇ ਘਰ ਜਾ ਕੇ ਆਪਣੇ ਮਾਂ ਪਿਓ ਕੋਲ ਬੈਠੀਆਂ ਰਹਿੰਦੀਆਂ ਨੇ ਨਾ ਅਕਸਰ ਉਹਨਾਂ ਦੇ ਸਹੁਰੇ ਘਰ ਸਨ ਲੱਗ ਜਾਇਆ ਕਰਦੀ ਹੈ। ਇਸ ਕਰਕੇ ਨਿੱਤ ਨਾ ਪਈਆ ਹੋਏ, ਨਿੱਤ ਪੇਕੇ ਘਰ ਨਹੀਂ ਬਹਿ ਸਕਦੀ, ਉਹਨੂੰ ਜਾਣੇ ਪੈਂਦਾ ਹੈ। ਇਹਨੂੰ ਅਧਿਆਤਮਿਕ ਤਰੀਕੇ ਨਾਲ ਗੁਰੂ ਸਾਹਿਬ ਜੀ ਇਵੇਂ ਸਮਝਾ ਰਹੇ ਨੇ ਕਿ ਨਾਨਕ ਸੁੱਤੀ ਪਈ ਹੈ, ਤੂੰ ਵੀ ਇੱਥੇ ਸੁੱਤਿਆ ਪਿਆ ਵਿਕਾਰਾਂ ਦੇ ਵਿੱਚ, ਵਿਕਾਰਾਂ ਦੇ ਜਿਵੇਂ ਉਹ ਔਰਤ ਦੇ ਸਹੁਰੇ ਘਰ ਉਹਦੇ ਕੀਮਤੀ ਸਮਾਨ ਨੂੰ ਸੰਨ ਲੱਗ ਜਾਂਦੀ ਹੈ ਨਾ, ਉੱਦਾਂ ਮਹਾਰਾਜ ਕਹਿੰਦੇ ਜਿਹੜੀ ਇੱਥੇ ਵਿਕਾਰਾਂ ਵਿੱਚ ਡੁੱਬੀ ਰਹਿੰਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਰੀ ਜਾਂਦਾ, ਮਹਾਰਾਜ ਕਹਿੰਦੇ ਉਹਨਾਂ ਦੇ ਗੁਣ ਗਵਾਚ ਜਾਂਦੇ ਨੇ, ਔਗਣ ਭਰ ਜਾਂਦੇ ਨੇ ਉਹਨਾਂ ਦੇ। ਨਾਨਕ ਸੁੱਤੀ ਪਈ ਹੈ ਜਾਨ ਬਿਰਤੀ ਸੰਨ, ਸੰਨ ਲੱਗ ਜਾਂਦੀ ਹੈ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ, ਉਹਨਾਂ ਦੀ ਗੁਣਾਂ ਦੀ ਗੰਠੜੀ ਗਵਾਚ ਜਾਂਦੀ ਹੈ ਅਤੇ ਵਿਕਾਰਾਂ ਦੀ ਪੰਡ ਲੈ ਕੇ ਫਿਰ ਇਹ ਸੰਸਾਰ ਵਿੱਚੋਂ ਜਾਂਦੀਆਂ ਹਨ। ਤਾਂ ਮਹਾਰਾਜ ਕਹਿ ਰਹੇ ਹਨ ਸ਼ੁਰੂ ਵਿੱਚ ਇਹ ਸ਼ਬਦ ਦੇ ਕਹਿ ਰਹੇ ਹਨ ਧਨ ਜੋਬਨ ਅਰ ਫੁੱਲੜਾ, ਧਨ ਜੋਬਨ ਅਰ ਫੁੱਲੜਾ। ਮਹਾਰਾਜ ਕਹਿੰਦੇ ਇਹ ਇੱਕ ਫੁੱਲ ਦੀ ਨਿਆਈ ਹੈ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਨਾਠੀ ਅੜੇ ਕਹਿੰਦੇ ਨੇ ਪਰਾਹੁਣਿਆਂ ਨੂੰ, ਇਹ ਚਾਰ ਦਿਨ ਦੇ ਪਰਾਹੁਣੇ ਨੇ ਧਨ ਅਤੇ ਜੋਬਨ। ਅਤੇ ਕਬੀਰ ਸਾਹਿਬ ਜੀ ਕਹਿੰਦੇ ਹਨ ਧਨ ਜੋਬਨ ਕਾ ਗਰਭ ਨਾ ਕੀਜੈ ਕਾਗਜ ਜਿਉਂ ਗਲ ਜਾਹੇਗਾ, ਕਦੇ ਵੀ ਜ਼ਿੰਦਗੀ ਦੇ ਵਿੱਚ ਧਨ ਦਾ ਅਤੇ ਜੋਬਨ ਦਾ ਹੰਕਾਰ ਨਾ ਕਰੀ, ਸਮਾਂ ਜ਼ਰੂਰ ਲੱਗੇਗਾ ਕਾਗਜ ਜਿਉਂ ਗਲ ਜਾਏਗਾ, ਜਿੱਦਾਂ ਕਾਗਜ਼ ਗਲ ਜਾਂਦਾ ਹੈ ਨਾ ਉੱਦਾਂ ਇਹ ਸਾਰਾ ਹੀ ਕੁਝ ਖਤਮ ਹੋ ਜਾਣਾ। ਇਸ ਕਰਕੇ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ, ਨਾਠੀ ਅੜੇ ਕਹਿੰਦੇ ਨੇ ਪਰਾਹੁਣਿਆਂ ਨੂੰ, ਇਹ ਚਾਰ ਦਿਨ ਦੇ ਪਰਾਹੁਣੇ ਨੇ, ਨਾਠੀ ਅੜੇ ਦਿਨ ਚਾਰ ਪੱਬਣ ਘੇਰੇ ਪੱਕ ਜਿਉਂ, ਪੱਬਣ ਪੱਬਣ ਇੱਕ ਬੂਟਾ ਹੁੰਦਾ ਚੌਪਾਈ ਦਾ ਜਿਹੜਾ ਦਰਿਆਵਾਂ ਦੇ ਕੰਢੇ ਉੱਗਿਆ ਹੁੰਦਾ, ਉਹਦੇ ਚੋੜੇ ਚੋੜੇ ਪੱਤੇ ਹੁੰਦੇ ਨੇ, ਪੱਬਣ ਘੇਰੇ ਪੱਕ ਜਿਉਂ ਮਹਾਰਾਜ ਕਹਿੰਦੇ ਢਲ ਢੁੱਲ ਜੁੰਮਣ ਹਾਰ, ਜਿੰਨਾ ਚਿਰ ਦਰਿਆ ਦਾ ਰੰਗਲੇ ਦਾਏ ਸੁਤੇ
जिसका किया इन्हीं लिया वो अति से
हुक्म करे दो तीन कर पाया सू अगे आया असी के हुक्म करे असी भी एक दिन उत्थे चले जाना है जिथे साडे संगी स्नेही चले गए जिथे बापू बचन सिंह जी चले गए ने साडी भी जदों वारी आनी है एक दिन उत्थे चले जाना है। इस करके मारे कहिंदे साहिब संभाले पंथ निहाले साहिब नूं संभालीए उहदी रजा विच आईए उहदी हुक्म विच आईए। महाराज कहिंदे महाराज फरमांदे हन तै नर क्या पुराण सुन कीना तू रब दीयां गल्लां नूं सुन के वेदां पुराणां तों वी की कीता तै नर क्या पुराण सुन कीना अनपावनी अनपावनी दा अर्थ हुंदा अटल दृढ़ भगत नहीं उपजी सदा ते तेरे किसे तरह किसे कोलों खोया जाए बस देण दा जतन नहीं कीता तूं। इह मनमुख मनुख दी गल्ल है दो तरह दे मनुख ने गुरमुख ते मनमुख। गुरमुख जिहड़ा है वो अपनी रूह का आधार ते आहार उस परमात्मा नूं मनदा है ते जिहड़ा मनमुख मनुख है महाराज कहिंदे हन मिथनी विस्तार सुपनरी संसार मिथनी विस्तार सुपने दी न्याई संसार है मिथनी विस्तार तों भाव मिथ्या झूठा इक सारा भी झूठा है। ते महाराज कहिंदे जिहड़ा मनमुख मनुख है ना उहनें सुनिया है गुरु कोलों कि गुरु साहिब जी कह रहे हैं सुपनरी संसार मन विखिया सुन लपटाई जे बंदिया तेनूं दस दिता गया बाणी ने दस दिता स्पष्ट कर दिता कि यह झूठा संसार है यह विश संसार यह झूठा संसार है यह मन प्यारिया चलै ना ही तेरे नाल ना बापू जी दे नाल गया इत्थे ना इत्थे ही रहा कल नूं असीं चले जाणा साडे नाल भी नहीं जाणा
एक दिन सारिया की वारी आनी है, सारिया ने वारी वारी इतों चले जाने, पतियां नालों भी वड्डा हो जाता, रिश्ते छोटे पै जाते हैं। एडा तकड़ा एक तंब का पसारा है, पता होंदिया भी मन जानत सब बात, जानत ही औगुण करा, ये नहीं कि दसन से पता लगता है, मन जानता है क्योंकि हिरदे विच परमात्मा बैठा होया। हर एक गुरु की बाणी पढ़ते हाँ, गुरते ज्ञान नाम रतन पाए, गुरु तो ही यह नाम रूपी ज्ञान का हीरा असी प्राप्त करके अपने विकारा की मन लाते हैं। तो हम मनमुख की गल है, गुरमुख जी तो स्पष्ट करती गुरु साहब जी ने कि वो जीवन का आधार से आहार परमात्मा है। मनमुख ने सुनिया कि गुरु साहब जी कह रहे हैं सुपन री संसार मितनी पसार, ये मन प्यारे तू सदा सच संभाले, एक तंब तू जे देखदा चलै ना ही तेरा नाले, साथ तेरा चलै ना ही तिस नाल क्यों चित लाई है, जे नाल जाना ही नहीं तो फिर इन्ना हित क्यों ला दिए दे नाल। औखी घड़ी ना देखने दी आप शब्द पढ़ते हैं ना, उत्थे इतना नूं साडे तों दूर ना होंदी, सानूं दुख ना देखना पैंदा, जबकि महाराज उत्थे कह रहे ने औखी घड़ी ना देखण दी, कदी भी ऐसा समां ना आण दी मेरे जीवन विच कि तू मेरे तों दूर हो जावे। असल में औखा समा उदो आना जो गुरु जो मनुख तो दूर हो गया ना, जिदा गुरु के नाल वकवा पै गया, वह होना औखा समा पदार्थों का नहीं, वो तो अकिरत घणा पालदा, वो किरत घणा नहीं पाली जाता। किड़े औखे समय की गल जो असी इन्हों की वरतों करन लग पे तो इन्हों ने जम रूपी रूप धार लिया, एक दायरे दे विच ने ये गुजरान वजो विचरदे ने, काम भी क्रोध भी लोभ भी मोह भी हंकार भी, जो एक दायरे तो बाहर हो गए साड़ियाँ वासनावां जिहड़ियां ने एक दायरे तो बाहर हो गई, इन्हां ने जम बन जाना, तो ये जमां की फांसी ने सानू डोब देना। तो महाराज कहिंदे औखी घड़ी ना देखण दी, कदी भी ऐसा समां ना आण दी कि मैं तेरे नालों विछड़ जावां, अपना बिरध संभाले। बिरध कहिंदे ने परमात्मा का मुढ़ कदीमा तो प्यार वाला सुभाव, अपने प्यार वाले सुभाव तो शुरू तो ही सानू उहदे विच लै के रखना, सानू विसार ना देना, यह अरदास करदा सिख। औखी घड़ी ना देखण देई अपना बिरध संभाले, हाथ दे राखै अपने को, वो अपने नू हाथ दे के रखदा है, सास सास प्रत पाले। देखिया किन्ने जीव ने, करोड़ां जीव ने, करोड़ां जीव सवास लै रहे ने, ते महाराज कहिंदे हन हुक्मै अंदर सब को बाहर उपना कोई। एक जगह महाराज फरमाते हैं सिमरे धरती अर अकासा, सिमरे धरती अर अकासा, सिमरै चंद सूरज गुणतासा। कली बंदे की गल नहीं, सिमर जिहड़ी रजा विच है वह सिमरन कर रहा, जिहड़ी उहदी रजा तो बाहर है वह मन मनुख मुख मनुख की गल कर रहे हैं, उहनू समझाउण दा सारा जतन है गुरु साहिबान ने। महाराज कहिंदे सिमरे धरती अर अकासा, तैनूं धरती सिमरे तो अर्थ है रजा, तेरी रजा विच रह रही है, आकाश तेरी रजा दे विच है, सिमरै चंद सूरज गुणतासा, गुणतासा तो भाव ज्यादा दे विच रह के विचरदे ने, मात गर्भ मैं अपन सिमरन दे, माता दे गर्भ विच बच्चा सी उह वी सिमर रहा सी, सिमरना दा अर्थ ही असी थोड़ा जिहा अलग समझ बैठे हाँ। सिमरन दा अर्थ है उहदी रजा विच रहना, उहदे हुक्म दे विच रहना, उहदी मर्यादा दे विच रहना, जिवें परमात्मा रखिया है उहनू मनना। तां ही कहिंदे ने सब तो वड्डी वडियाई है जिहनू असीं सोखियां ही करके परे कर दिंदे हां ना, इहदे विच गुरु साहिब जी कहिंदे हन ज्यों भावै त्यों राखो मेरे स्वामी, इह परमात्मा जिवें तैनू भांदा उवें मैनू रखी, क्यों क्योंकि मेरा सोचिया उन्ना वधिया नहीं हो सकता जिन्ना तेरा सोचिया होगा, तेरा सोचिया हमेशा ही मेरे लिए बेहतर होना है, मेरा सोचिया पदार्था करके वासनावां करके होना है, तो मैं वासनावां विच जो उलझ जाना है तो मैं पदार्था की लोर विच इन्ना गलतान हो जाना है कि मैं सिर्फ एक लालच वजो ही तेनों सिमरना है, तो मैनू वो लालच नहीं विकारा की फांसी चढ़ा के एक दिन डोब देना है, पर जिहड़ा तेरा सोचना होना है परमात्मा कहिंदे सारे तेनों सिमरदे पे ने। सिमरै काल अकाल सुच सोचा, काल कहिंदे ने मौत नूं, मौत भी तेरे सिमरन दा अर्थ है रजा, मौत भी तेरी रजा तेरे हुक्म दे विच रह रही है, जन्म अकाल, अकाल तो भाव जन्म, जन्म भी तेरी रजा दे विच ही है, ये चीज़ां बाहर नहीं है, ये तेरे समय दे जिहड़ा जिन्ना गेड़ है ये तेरी रजा दे विच, सारा कुछ मैं दिमाग दे नाल करना है कि जिहड़ा साडा दिल धड़क रहा है
कि असीं अपने दिमाग दे नाल कंट्रोल कर सकते इनू एक मिनट लई रोक सकते कि जिहड़ी साडी पाचन क्रिया काम कर रही है कि असीं इनू अपने दिमाग दे नाल रोक सकते हैं। ब्लड सर्कूलेशन जिहड़ा साडे विच चल रहा है कि असीं इनू अपने दिमाग दे नाल रोक सकते हैं। मनुख नू कई वारी हंकार हो जांदा कि मेरा दिमाग मैं ही सब कुछ कर रहा, पर कहिंदे तू ते अपनियां अंदर दीआं चीज़ां नू नहीं अपने दिमाग दे नाल रोक सकदा ते फिर बाहर दीआं गल्लां च कहिड़े भुलेखे पै जांदे। रोक सकदा अपने श्वासां नू। इत्थों गल नोट करी कि औखी घड़ी ना देखण दे अपना बिरध संभाले, हाथ दे राखै अपने को सास सास प्रतपाले। पता नहीं किन्ने क जीव ने, अणती नहीं है, 84 लाख जून है, तो फिर उन्होंने पता नहीं किनिया किनिया। एक कीता पसाओ एको कवाओ, कीता पसाओ, कीता पसारा कीता एको कवाओ। एको हुक्म दे नाल परमात्मा ने तिसते हुए लख दरियाओ, एक एक जीव दे अगे लखा लखा दरिया बहा दिते। मनुख ने मनुख पैदा करने शुरू कर दिते। सतकाल नानक ते मुखे उजले केती छुट्टी ना। वाहिगुरु जी का खालसा वाहिगुरु जी की फतेह। तू ठाक खालसा जी बोलो जी। वाहिगुरु अरदास एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाह दसवें प्रथम भगवती सिमरकै गुरु नानक लई ध्याए। फिर अंगद गुर ते अमरदास रामदासा हुए सहाय। अर्जन हर गोबिंद नो सिमरो श्री हर राय। श्री हर कृष्ण ध्याई जिस डिठे सब दुख जाए। तेग बहादुर सिमरै कर नौ निध्यावै धाए। सब तई हुए सहाय। दसवें पातशाह साहेब श्री गुरु गोबिंद सिंह जी सब तई हुए सहाय। दसां पातशाहियां दी आत्मिक जोत हाजर नाजर। पिता साहिब श्री गुरु ग्रंथ साहिब जी दे पाठ दर्शन दीदार दा ध्यान धर के खालसा जी बोलो जी। वाहे गुरु। पंजां प्यारियां चौहां साहिबजादियां 40 मुर्तियां हठियां जपियां तपियां जिन्हां नाम जपिया वंड सकिया। देख चलाई तेग वाही देख के अनडिट कीता। इन्हां प्यारियां सत्यारियां दी कमाई दा ध्यान धर के खालसा जी बोलो जी। जिन्हां सिंघां सिंघणियां धर्म हेत शीश दिते बंद बंद कटाए खोपरियां लोहाइयां चरकड़ियां ते चढ़े ता नारियां ना चराए गए गुरुद्वारियां दी सेवा लई कुरबानियां कीतियां धर्म नहीं हारिया। सिखी केसां सवासां संग निभाई तिन्हां दी कमाई दा ध्यान धर के खालसा जी बोलो जी। पंजां तख्तां सरबत गुरुद्वारियां दा ध्यान धर के खालसा जी बोलो जी। प्रथमे सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। नाम जितियावै जितियावन का सदका सर्व सुख होवै। जहां जय खालसा जी साहब तहां तह रचिया रहत। देग तेग फतेह बिरद की पैत पंथ की जीत श्री साहेब जी सहाय। खालसे जी के बोल बाले बोलो जी। वाहे गुरु। सिखां नूं सिखी दान केस दान रहत दान विवेक दान विसाहा दान भरोसा दान दाना सिरदान नाम दान। श्री अमृतसर साहब जी के दर्शन इशनान
ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖਿਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਦੇ ਸਦਾ ਸਹਾਈ ਦਰਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰੋ ਜੀ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰ ਨਾਜ਼ਰ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਪਵਿੱਤਰ ਵਾਕ ਹਨ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸ ਕੇ ਜੀਅ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਬਚਨ ਸਿੰਘ ਜੀ ਵਾਹਿਗੁਰੂ ਸਾਹਿਬ ਜੀ ਆਪ ਜੀ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਉਰਜ ਰੋਜ਼ ਪਹਿਲਾਂ ਇਸ ਮਾਤ ਲੋਕ ਤੋਂ ਚਲਾਣਾ ਕਰ ਗਏ ਸਨ ਵਾਹਿਗੁਰੂ ਸਾਹਿਬ ਜੀ ਸੋ ਸਾਰੇ ਹੀ ਪਰਿਵਾਰ ਵੱਲੋਂ ਮਿਲ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਰੂਹ ਕਲਿਆਣਤਾ ਲਈ ਆਪ ਜੀ ਦਾ ਉਟਾਸਰਾ ਤੱਕਦੇ ਹਾਂ ਪਹਿਲਾਂ ਉਹਨਾਂ ਦੇ ਗ੍ਰਹਿ ਵਿਖੇ ਮੁਬਾਰਕ ਚਰਨ ਪਵਾ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਮਹਾਨ ਕਿਰਪਾ ਦੁਆਰਾ ਨਿਰਵਿਘਨਤਾ ਸਹਿਤ ਭੋਗ ਪਏ ਹਨ ਵਾਹਿਗੁਰੂ ਸਾਹਿਬ ਜੀਓ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਹਰ ਜਸ ਕੀਰਤਨ ਕਥਾ ਵਿਚਾਰ ਹੋਈ ਹੈ ਵਾਹਿਗੁਰੂ ਸਾਹਿਬ ਜੀਓ ਜਿਉਂ ਭਾਵੈ ਤਿਉਂ ਰਾਖੋ ਮੇਰੇ ਸਵਾਮੀ ਅਤੇ ਮਹਾਂਵਾਕਾਂ ਅਨੁਸਾਰ ਵਿਛੜੀ ਰੂਹ ਜਿੱਥੇ ਵੀ ਹੈ ਆਪਣੇ ਬਾਣੀ ਅਨੁਸਾਰ ਰੱਖਣਾ ਪਰਿਵਾਰ ਨੂੰ ਨਾਮ ਦੀਆਂ ਦਾਤਾਂ ਚੜ੍ਹਦੀਆਂ ਕਲਾਂ ਦੇ ਜੀਵਨ ਬਖਸ਼ਿਸ਼ ਕਰਨੇ ਵਾਹਿਗੁਰੂ ਸਾਹਿਬ ਜੀਓ ਪੰਚਮ ਕੜਾਹ ਪ੍ਰਸਾਦੀ ਦੇਗ ਤਿਆਰ ਕਰ ਹਾਜ਼ਰ ਕੀਤੀ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਨ ਦੀ ਆਗਿਆ ਬਖਸ਼ਿਸ਼ ਕਰਨੀ ਲੰਗਰ ਭੰਡਾਰੇ ਤਿਆਰ ਕਰ ਹਾਜ਼ਰ ਕੀਤੇ ਦਰ ਪ੍ਰਵਾਨ ਕਰਨੇ ਅਤੁੱਟ ਵਰਤਾਨ ਦੀ ਆਗਿਆ ਬਖਸ਼ਿਸ਼ ਕਰਨੀ ਸਭ ਦੀਆਂ ਹਾਜ਼ਰੀਆਂ ਸਭ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਵਾਹਿਗੁਰੂ ਸਾਹਿਬ ਜੀਓ ਭਾਈ ਸਾਹਿਬ ਭਾਈ ਬਚਨ ਸਿੰਘ ਜੀ ਦੇ ਹੀ ਪਰਿਵਾਰ ਵੱਲੋਂ ਸਰਦਾਰ ਮਲਵਿੰਦਰ ਸਿੰਘ ਕੈਲੀਫੋਰਨੀਆ USA ਤੋਂ 51,000 ਰੁਪਈਆ ਮਾਇਆ ਗੁਰੂ ਘਰ ਲਈ ਭੇਜੀ ਗਈ ਹੈ ਵਾਹਿਗੁਰੂ ਸਾਹਿਬ ਜੀਓ ਅਤੇ ਸਰਦਾਰ ਲਸ਼ਕਰ ਸਿੰਘ ਜੀ ਸਾਰੇ ਹੀ ਪਰਿਵਾਰ ਵੱਲੋਂ 51,000 ਰੁਪਈਆ ਇਹਨਾਂ ਵੱਲੋਂ ਵੀ ਮਾਇਆ ਆਪ ਜੀ ਦੇ ਇਮਾਰਤਾਂ ਲਈ ਭੇਟਾ ਕੀਤੀ ਗਈ ਹੈ ਦੋਹਾਂ ਹੀ ਵਾਹਿਗੁਰੂ ਸਾਹਿਬ ਜੀ ਭਾਈ ਸਾਹਿਬ ਭਾਈ ਮਲਵਿੰਦਰ ਸਿੰਘ ਜੀ ਵੱਲੋਂ ਵੀ 51,000 ਔਰ ਭਾਈ ਸਾਹਿਬ ਭਾਈ ਲਸ਼ਕਰ ਸਿੰਘ ਸਮੇਤ ਪਰਿਵਾਰ ਵੱਲੋਂ ਵੀ 51,000 ਰੁਪਈਆ ਮਾਇਆ ਭੇਟਾ ਕੀਤੀ ਹੈ ਵਾਹਿਗੁਰੂ ਸਾਹਿਬ ਜੀ ਦਰ ਪ੍ਰਵਾਨ ਕਰਨੀ ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ ਖਜ਼ਾਨੇ ਭਰਪੂਰ ਕਰਨੇ ਵਾਹਿਗੁਰੂ ਸਾਹਿਬ ਜੀਓ ਸਭ ਨੂੰ ਅਸੀਸਾਂ ਬਖਸ਼ਦਿਆਂ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਆ ਗੁਣ ਤੇਰੇ ਸਾਰ ਸੰਭਾਲੇ ਮੋਹੇ ਨਿਰਗੁਣ ਕੇ ਦਾਤਾ ਰੇ ਮੈਂ ਖਰੀਦ ਕਿਆ ਕਰੇ ਚਤੁਰਾਈ ਇਹ ਜੀਓ ਪਿੰਡ ਸਭ ਥਾਰੇ ਕਿਆ ਗੁਣ ਤੇਰੇ ਸਾਰ ਸੰਭਾਲੇ ਮੋਹੇ ਨਿਰਗੁਣ ਕੇ ਦਾਤਾ ਰੇ ਮੈਂ ਖਰੀਦ ਕਿਆ ਕਰੇ ਚਤੁਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਉ ਪ੍ਰਭ ਦਾਤਾ ਮੋਹਿ ਦੀਨ ਪੇਖਾਰੇ ਤੁਮ ਸਦਾ ਸਦਾ ਉਪਕਾਰੇ ਸੋ ਕਿਛੁ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ
क्या सेव कमाऊं क्या कहर जाऊं वेद कित पाऊं दरसारे मित नहीं पाई है अंत ना लही है मन तरस है चिरनारे पावो दान ढीठ होए मांगू मुख लागे संत रे नारे जन नानक को गुर कृपा धारी प्रभ हाथ दे निस्तारे पावो दान ढीठ होए मांगू मुख लागे संत रे नारे जन नानक को गुर कृपा धारी प्रभ हाथ दे निस्तारे वाहिगुरु जी का खालसा वाहिगुरु जी की फतेह। धन धन साहब गुरु ग्रंथ साहब जी की पावन पवित्र गोद में बैठी गुरु की प्यारी सतसंगत जीओ आप सारे ही भली भांत जानते हाँ कि सत्कारयोग स्वर्गवासी भाई बचन सिंह जी जो सानू सिद्धि भी विछोड़ा दे गए हैं उन्होंने निमित्त अखंड पाठ साहब के भोग पाए गए हैं। सो गुरु का दस कीर्तन होया है मैनू हैरानगी हो रही है भी यह भाई साहब जिहड़े कुर्सियां ते बैठे है ये ठीक नहीं है गुरु के दरबार में थले बैठना ही ठीक है। सो मेरे सत्कारयोग भाई साहब भाई जसवंत सिंह जी सैकटरी साहब वो जो अगला प्रोग्राम है वो तुम दसणगे मेरे सत्कार लिखिया देहा हुकुम कमाए कल्ले आए नानका सदे उठे जाए कल्ले आए नानका सदे उठे जाए ते महाकथन वाक अनुसार राणा रो ना को रहे रंग ना तुंग फकीर वारी आपो अपनी कोई ना बंदे धीर इसे ही संदर्भ दे विच साडे मान योग भाई साहब भाई बचन सिंह जी इस महीने की 12 तरीक नूं इस फानी संसार नूं अलविदा कह गए ने उन्हां दी अंतम अरदास हित इत्थे एकत्र होए मुहल्ला निवासी इलाका निवासी वा उन्हां दे रिश्तेदार पहुंचे ने उन्हां दी रूह नूं श्रद्धांजलि भेट करन हित सिर्फ दो तीन बुलारे ने बहुत थोड़े समय च प्रोग्राम की समाप्ति हो जाएगी। मैं सब तो पहला भाई साहब भाई जथेदार हरजिंदर सिंह जी उन्होंने बेनती करांगा कि वो दो मिनट वास्ते अपने श्रद्धांजलि ते फुलोना दे नमित भेट करन। सो भाई साहब भाई हरजिंदर सिंह जी वाहिगुरु जी की फतेह। गुरु रूप धारी साध संगत जी अज आप सारे ही भैन भरा रिश्तेदार साख संबंधी महला निवासी इलाका निवासी और शहर निवासी सारे ही सतगुर के चरणों के अंदर अरदास बेनती करने वास्ते एकत्र होए हैं। कहत कबीर सुनो रे संतो खेत ही करो नवेरा अब की वार बख्श बंदे को बौर न पव जल फेरा। सतगुर दिया चरणा दे विच उस विछिड़ी हुई आत्मा नू सतगुर नू चरणा जनवास बख्शन दे वास्ते इस समुची साध संगत जिहड़ी आ इह गुरु दिया चरणा च पहुंची आ इस विछड़ी हुई आत्मा नू अपने चरणा च वास बख्शी। गुरु प्यारियो इस संसार ते जदों भी इंसान जो भी प्राणी इस संसार ते जन्म लैंदा इस संसार ते पहुंचदा अनक जतन कर काल संताए मर लखाए मंडल में आए और सब तो पहला मरना लिखिया जांदा और सतगुरु का दिल जिहड़ा समां तय करता फिर संसार से इंसान विचरता और जिन्नी भी सुवासां दी पूंजी सतगुरु ने बख्शिश की होंगी आ
ਉਨੀ ਹੀ ਪੂੰਜੀ ਆਪਣੀ ਭੋਗ ਕੇ ਸਤਿਗੁਰ ਦੇ ਚਰਨਾਂ 'ਚ ਜਿਹੜੀ ਰੂਹ ਆ ਉਹ ਜਾ ਬਰਾਜ ਮੰਨਦੀ ਆ। ਮੇਰੇ ਪਿਆਰੇ ਵੀਰੋ ਸਰਬਚਨ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰ ਨੇ ਸਵਾਸਾਂ ਦੀ ਪੂੰਜੀ ਜਿੰਨੀ ਬਖਸ਼ਿਸ਼ ਕੀਤੀ ਸੀ, ਇਹਨਾਂ ਦਾ ਜਨਮ 1932 ਪਾਕਿਸਤਾਨ ਸਰਵੋਦੇ ਦਾ ਔਰ ਇਹਨਾਂ ਨੇ ਕਰੀਬ 86 ਸਾਲ ਦੇ ਕਰੀਬ ਜਿਹੜੀ ਆਪਣੀ ਇਸ ਅਵਸਥਾ ਵਿੱਚ ਸੰਸਾਰ ਦੇ ਵਿੱਚੋਂ ਇਸ ਬਾਗ ਫੁਲਵਾੜੀ ਦੇ ਵਿੱਚੋਂ ਵਿਚਰ ਕੇ ਗਏ ਨੇ। ਇਹ ਸੰਸਾਰ ਜਿਹੜਾ ਇੱਕ ਸਰਾਂ ਆ, ਇਹ ਸਰਾਂ ਦੇ ਵਿੱਚ ਇਨਸਾਨ ਜਦੋਂ ਆਉਂਦਾ ਜਦੋਂ ਵਿਚਰਦਾ ਇਸ ਬਾਗ ਫੁਲਵਾੜੀ ਦੇ ਵਿੱਚੋਂ ਵਿਚਰਦਾ, ਇਸ ਵਿਚਰਦਿਆਂ ਹੋਇਆ ਸੰਸਾਰ ਦੇ ਵਿੱਚ ਇਨਸਾਨ ਦੇ ਕੋਲੋਂ ਸਤਿਗੁਰ ਹੀ ਮਿਹਰ ਕਰੇ ਅਤੇ ਸਤਿਗੁਰ ਆਪਣੇ ਚਰਨਾਂ ਦੇ ਨਾਲ ਜੋੜਦਾ, ਨਹੀਂ ਤਾਂ ਸੰਸਾਰ ਵਿੱਚ ਆਇਆ ਇਨਸਾਨ ਜਿਸ ਤਰ੍ਹਾਂ ਆਇਆ ਸੰਸਾਰ ਦੇ ਵਿੱਚ ਵਿਚਰਦਾ ਹੋਇਆ ਇਸ ਮੋਹ ਮਾਇਆ ਦੇ ਅੰਦਰ ਹੀ ਇਨਸਾਨ ਵਿਚਰਦਾ ਹੋਇਆ ਸੰਸਾਰ ਦੇ ਵਿੱਚੋਂ ਆਪਣੀ ਜੀਵਨ ਦੀ ਜਿੰਨੀ ਯਾਤਰਾ ਸਤਿਗੁਰ ਨੇ ਬਖਸ਼ਿਸ਼ ਕੀਤੀ ਆ ਉਹ ਪੂਰੀ ਕਰਕੇ ਚਲੇ ਜਾਂਦਾ। ਲੇਕਿਨ ਜਦੋਂ ਸੰਸਾਰ 'ਤੇ ਸਤਿਗੁਰ ਇਨਸਾਨ ਨੂੰ ਭੇਜਦਾ ਅਤੇ ਸਤਿਗੁਰ ਸੰਸਾਰ 'ਤੇ ਭੇਜਣ ਤੋਂ ਪਹਿਲਾਂ ਉਹਦੀਆਂ ਡਿਊਟੀਆਂ ਵੀ ਲਾ ਕੇ ਭੇਜਦਾ ਔਰ ਉਹਦੀਆਂ ਡਿਊਟੀਆਂ ਜਿਹੜੀਆਂ ਲਾ ਕੇ ਭੇਜਦਾ ਆ ਪਿਛਲਿਆਂ ਸਮਿਆਂ ਤੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ, ਬਹੁਤ ਸਾਰੇ ਮਹਾਂਪੁਰਖਾਂ ਦੇ ਇਤਿਹਾਸ ਪੜ੍ਹਦੇ ਹਾਂ, ਦੇਵੀ ਦੇਵਤਿਆਂ ਦੇ ਇਤਿਹਾਸ ਪੜ੍ਹਦੇ ਹਾਂ। ਸਤਿਗੁਰ ਨੇ ਬੜੀਆਂ ਡਿਊਟੀਆਂ ਲਾ ਕੇ ਦੇਵੀ ਦੇਵਤੇ ਭੇਜੇ ਨੇ, ਪੀਰ ਪੈਗੰਬਰ ਭੇਜੇ ਸੀ, ਰਾਮ ਚੰਦਰ ਅਵਤਾਰ ਭੇਜੇ, ਕ੍ਰਿਸ਼ਨ ਅਵਤਾਰ ਭੇਜੇ, ਬੜੀ ਦੁਨੀਆ ਸਤਿਗੁਰ ਨੇ ਸੰਸਾਰ 'ਤੇ ਭੇਜੀ। ਲੇਕਿਨ ਸਤਿਗੁਰ ਦੇ ਆਸ਼ੇ ਦੇ ਮੁਤਾਬਕ ਉਹ ਆਪਣੀਆਂ ਡਿਊਟੀਆਂ ਨਹੀਂ ਸੀ ਪੂਰੀਆਂ ਕਰ ਸਕੇ। ਲੇਕਿਨ ਫਿਰ ਸਤਿਗੁਰ ਨੂੰ ਇਸ ਸੰਸਾਰ 'ਤੇ ਆ ਪਾਉਣਾ ਪਿਆ ਕਿ ਸੰਸਾਰ 'ਤੇ ਜਦੋਂ ਇਨਸਾਨ ਦੀਆਂ ਡਿਊਟੀਆਂ ਲਾਈਆਂ ਉਹ ਆਪਣੀਆਂ ਜਦੋਂ ਉਹਨਾਂ ਪੂਰੀਆਂ ਨਹੀਂ ਕੀਤੀਆਂ ਫਿਰ ਸਤਿਗੁਰ ਨੂੰ ਆਪ ਇਨਸਾਨ ਦੇ ਰੂਪ ਵਿੱਚ ਗੁਰੂ ਨਾਨਕ ਦੇ ਰੂਪ ਵਿੱਚ ਆਪ ਇੱਥੇ ਆਉਣਾ ਪਿਆ ਭਾਈ। ਇਹ ਸਤਿਗੁਰ ਇਹ ਤੋਂ ਪ੍ਰਤੱਖ ਆ ਕਿ ਸਤਿਗੁਰ ਜਦੋਂ ਡਿਊਟੀਆਂ ਲਾਉਂਦਾ ਔਰ ਨਾਲ ਕਹਿ ਕੇ ਵੀ ਭੇਜਦਾ, ਲੇਕਿਨ ਅਸੀਂ ਇਸ ਸੰਸਾਰ 'ਚ ਆ ਕੇ ਵਿਸਰ ਜਾਂਦੇ ਹਾਂ ਔਰ ਉਹ ਵਿਸਰ ਕੇ ਜਦੋਂ ਮੋਹ ਮਾਇਆ ਜਾਲ 'ਚ ਫਸ ਜਾਂਦੇ ਹਾਂ। ਇੱਕ ਬੰਦੇ ਜਦੋਂ ਇਨਸਾਨ ਇਸ ਸੰਸਾਰ ਤੋਂ ਜਾਂਦਾ ਉਹਦੀ ਅਰਥੀ ਪਈ ਹੁੰਦੀ ਆ ਸੰਸਾਰ ਦੇ ਅੰਦਰ, ਉਹਦੇ ਭੈਣ ਭਰਾ ਰਿਸ਼ਤੇਦਾਰ ਸਾਕ ਸੰਬੰਧੀ ਜਿੰਨੇ ਵੀ ਜਾਣਦੇ ਨੇ, ਜਿਹੜਾ ਜੰਮਣ ਤੋਂ ਜਾਣਦਾ ਉਹ ਜੰਮਣ ਤੋਂ ਲੈ ਕੇ ਮੌਤ ਦੇ ਦਿਨ ਤੱਕ ਉਹਦਾ ਲੇਖਾ ਜੋਖਾ ਕਰ ਦਿੰਦਾ, ਜਿਹੜਾ ਜਦੋਂ ਤੋਂ ਰਿਸ਼ਤੇਦਾਰ ਜਾਣਦਾ ਉਹ ਸੱਜਣ ਭੈਣ ਭਰਾ ਮਿੱਤਰ ਉਹ ਜਦੋਂ ਤੋਂ ਜਾਣਦਾ ਉਦੋਂ ਤੋਂ ਉਸ ਜਾਣ ਵਾਲੀ ਰੂਹ ਦਾ ਉਸ ਆਤਮਾ ਦਾ ਲੇਖਾ ਜੋਖਾ ਕਰਦਾ ਔਰ ਉਸ ਲੇਖੇ ਜੋਖੇ ਦੇ ਅੰਦਰ ਉਹਦਾ ਕਰਦਾ ਵੀ ਇਹਨੂੰ ਸੰਸਾਰ ਦੇ ਉੱਤੇ ਆਇਆ ਸੀ, ਇਹਨੇ ਭਲਾਈ ਦਾ ਕੰਮ ਕੀ ਕੀਤਾ, ਇਹਨੇ ਕਿਹੜਾ ਕਿਹੜਾ ਕੰਮ ਕੀਤਾ ਇਸ ਸੰਸਾਰ ਵਿੱਚ, ਕਿ ਲੋਕਾਂ ਦੇ ਅੰਦਰ ਆਣ ਕੇ ਸੰਸਾਰ ਦੇ ਅੰਦਰ ਕਿਹੜੇ ਕੰਮ ਕੀਤੇ ਨੇ, ਇਹ ਬੜੇ ਵਿਸਥਾਰ ਨਾਲ ਲੇਖਾ ਪਾਉਂਦੇ ਹਾਂ। ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਕਈ ਕਹਿੰਦੇ ਰਾਹੂ ਕੇਤੂ ਲੇਖਾ ਮੰਗਦੇ ਨੇ, ਰਾਹੂ ਕੇਤੂ ਇਹ ਸੰਗਤ ਆ, ਇਹ ਸੰਗਤ ਹੀ ਲੇਖਾ ਕਰਦੀ ਇਨਸਾਨ ਦਾ, ਜਦੋਂ ਇਨਸਾਨ ਨੇ ਸੰਸਾਰ ਤੋਂ ਜਾਣਾ ਅਤੇ ਸੰਗਤ ਨੇ ਲੇਖਾ ਜੋਖਾ ਕਰਨਾ ਭਾਈ, ਸੰਗਤ ਹੀ ਲੇਖਾ ਜੋਖਾ ਕਰਦੀ ਆ ਜਾਣ ਵਾਲੇ ਇਨਸਾਨ ਦਾ। ਇਹ ਸਰਬਚਨ ਸਿੰਘ ਜੀ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਜਾਣ ਕੇ ਇਹਨਾਂ ਨੇ ਆਪਣੇ ਜੀਵਨ ਦੇ ਅੰਦਰ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਨੇ ਇੱਥੇ ਗੁਰਦੁਆਰਾ ਸਾਹਿਬ ਬਣੇ ਨੇ, ਇਹਨਾਂ ਭਰਾਵਾਂ ਨੇ ਇੱਥੇ ਸ਼ੁਰੂਆਤ ਕੀਤੀ ਗੁਰਦੁਆਰਾ ਸਾਹਿਬ ਦੀ, ਆਪਣੇ ਜੀਵਨ ਦੇ ਅੰਦਰ ਇੱਕ ਚੰਗੀ ਸ਼ੁਰੂਆਤ ਕੀਤੀ ਇਹਨਾਂ ਨੇ। ਔਰ ਗੁਰਦੁਆਰਾ ਸਾਹਿਬ ਜਿਹੜਾ ਸੀ ਉਸ ਗੁਰਦੁਆਰਾ ਸਾਹਿਬ ਦੇ ਵਾਸਤੇ ਉਪਰਾਲਾ ਕੀਤਾ ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਕਿ ਜਦੋਂ ਇਸ ਗੁਰਦੁਆਰੇ ਦੀ ਛੋਟਾ ਗੁਰਦੁਆਰਾ ਸੀ, ਜਦੋਂ ਦੂਸਰਾ ਵੱਡਾ ਗੁਰਦੁਆਰਾ ਬਣਨਾ ਸੀ ਉਹਦੀ ਜਦੋਂ ਬਾਉਂਡਰੀ ਵਾਲ ਜਾਂ ਥੱਲੇ ਬੜਾ ਨੀਵਾਂ ਸੀ, 9 ਫੁੱਟ ਨੀਵਾਂ ਸੀ ਜਗ੍ਹਾ, ਇਹ ਜਦੋਂ ਨੀਹਾਂ ਭਰਨੀਆਂ ਸੀ, ਇਸ ਜਿਸ ਬੱਚੇ ਨੇ ਅੱਜ 50,000 ਦਿੱਤਾ ਉਦੋਂ ਵੀ $1,000 ਨਾਲ ਬਾਹਰੋਂ ਭੇਜਿਆ ਸੀ, ਜਿਹਦਾ 50,000 ਰੁਪਇਆ ਉਦੋਂ ਬਣਿਆ ਸੀ ਔਰ ਉਸ 50,000 ਦੇ ਨਾਲ ਇਸ ਬਣੀ ਹੋਈ ਇਮਾਰਤ ਦੀ ਨੀਹਾਂ ਭਰੀਆਂ ਗਈਆਂ ਸਨ ਔਰ ਇੱਥੇ ਉਸ ਨਾਲ ਸ਼ੁਰੂਆਤ ਹੋਈ ਸੀ। ਇਹ ਜੀਵਨ ਦੇ ਮੇਰੇ ਇੱਕ ਚੰਗੀ ਗੱਲ ਆ ਕਿ ਆਪਣੀ ਉਹ ਛਾਪ ਛੱਡ ਕੇ ਗਏ ਨੇ, ਆਪਣੇ ਉਹਦਾ ਦੇ ਅੰਦਰ ਇੱਕ ਗੱਲ ਦਾ ਕਰਕੇ ਗਏ ਨੇ, ਸ਼ੁਰੂਆਤ ਕਰਕੇ ਗਏ ਨੇ ਔਰ ਜਦੋਂ ਇਨਸਾਨ ਆਪਣੇ ਜੀਵਨ ਦੇ ਅੰਦਰ ਕੋਈ ਇੱਕ ਚੰਗੀ ਗੱਲ ਵੀ ਕਰ ਜਾਏ ਉਹਦੀ ਉਸ ਇਨਸਾਨ 'ਤੇ ਇਸ ਸੰਸਾਰ 'ਤੇ ਆਉਣ 'ਤੇ ਉਹ ਆਪਣੀ ਛਾਪ ਨੂੰ ਛੱਡ ਜਾਂਦਾ, ਉਹਨੂੰ ਇਸ ਗੱਲ ਨਾਲ ਲੋਕ ਯਾਦ ਕਰਦੇ ਨੇ ਔਰ ਬੜਾ ਲੰਮਾ ਸਮਾਂ ਇਹਨਾਂ ਨੇ ਗੁਰਦੁਆਰੇ ਦੀ ਪ੍ਰਧਾਨਗੀ ਵੀ ਕੀਤੀ ਆ ਔਰ ਇੱਕ ਨਿਪੱਖ ਸਨ ਕਿ ਇਹਨਾਂ ਪ੍ਰਧਾਨਗੀ ਕਰਦਿਆਂ ਕਦੀ ਕਿਤੇ ਨੁਕਤਾਚੀਨੀ ਨਹੀਂ ਸੀ ਕੀਤੀ। ਇੱਕੋ ਗੱਲ ਕਹਿੰਦੇ ਸਨ ਉਹ ਮੁੰਡਿਓ, ਜੋ ਕਰਨਾ ਕਰ ਲਓ ਭਾਈ, ਮੇਰੇ ਕੋਲ ਜਿੱਥੇ ਦਸਖਤ ਕਰਾਉਣੇ ਆ ਉੱਥੇ ਦਸਖਤ ਕਰਾ ਲਿਓ ਅਤੇ ਜੋ ਤੁਹਾਡਾ ਫੈਸਲਾ ਤੁਸੀਂ ਕਰ ਲਓ ਇਹ ਤੁਹਾਡੇ ਫੈਸਲੇ ਨਾਲ ਮੈਂ ਸਹਿਮਤ ਹੀ ਸਹਿਮਤ ਆ। ਇੱਕ ਬੜੀ ਵੱਡੀ ਗੱਲ ਸੀ, ਇੱਕ ਬੜੀ ਫਰਾਕ ਦਿਲੀ ਸੀ,
उस बरादरी के अंदर यह कह देना मैं बुढ़े चो मर्जी कर लो मैं थोड़े नाल सहमत हाँ तुम जो फैसला कर लोगे मैं थोड़े नाल सहमत हाँ अज कोई छोटी जी लीडरी मिल जाए छोटी जी प्रधानगी मिल जाए असं बड़ा कुछ करते हैं लेकिन एक वक्त सी एक वो प्रधान सी जिहड़ा एक बरादरी नाल कहिंदा सी मुंडियो जो करना कर लो मैं थोड़े नाल सहमत हाँ। गुरमुखो ये इंसान बड़ा जदों इस संसार से आता यह जीवन बड़ा कीमती आ जिस गुरु महाराज की झूरी च आप बैठे हाँ एक अंकार तो लैके अठारह दस भी तो जो पहला नवे पातशाह के श्लोक जिथे जाके समाप्त होंगे आ मधावनी की मोहर लगी आ पंजे पातशाह ने मधावनी बल्ला पंजा लिखिया और उस महले के अंदर सारे एक अंकार तो लैके सारे गुरु ग्रंथ साहब का निचोड़ करके महाराज ने उत्थे आ के मोहर लाई आ थाल विच तीन वस्तु पई हो सत संतोख विचारो अमृत नाम ठाकुर का पयो जिसका सब सिरधारो लेकिन पर सच्चे पातशाह ने यह निचोड़ करके गुरु ग्रंथ साहब का सत का संतोख का विचार का अमृत का सच्चाई का अटल सच्चाई तुहाडे सामने आ और आओ सच्चे पातशाह दे अगे अरदास करिए ते हर प्राणी जाण तो पहला सतगुरु दे चरणां नाल जरूर लग जावे और जान तो पहला सतगुरु के चरणों में लग जाए ये साड़ी बड़ी वड्डी एक बड़ी वड्डी प्राप्ति होगी लेकिन अज अही वहमां भरमें फसते जा रहे हैं साना वहमां चो निकल रहे से वहमां भरमें पे जा रहे हैं एक सुप्रीम जोत जिन्हें सब कुछ देना ये तो वड्डा सम्राट संसार से ना को गुरु होया ना को गुरु होगा और अटल सच्चाई गुरु ग्रंथ साहब आ ये लड़ लगना जान तो संसार तो इस श्वासों का कोई पता नहीं नाम जपद्या एक छिल ढिल ना कीजे मेरी जिंदरीए मत के जापे सा आवे के ना आवे इनू आप इस करके ये लड़ लगीए फरीद ने अपने श्लोकों में बड़ा स्पष्ट लिखा फरीदा रुत फिरी वन कंबिया पद झड़े चल पाहे चारे कुंडा ढूंढिया कोई रह न थम पाए निगत मार के वेखिए फरी कबीर जी कहते कितने डांडे मापिया जिन्हें तू जने तय पासों लद गए असी पर फिर भी नहीं साढ़े वे वडेरे सारे कुटा बिजले चल गए ने असी फिर भी सतगुरु के चरणों के नाल नहीं लगते आप सतगुरु के चरणों श्रद्धांजलि भेट करते सतगुरु के चरणों अरदास बेनती करिए सच्चे पातशाह सानू समत बख्शी अपने चरणों के नाल जोड़ के रखी सार बचन सिंह अपने चरणों च निवास दई परिवार को भाणा मन का बल बख्शी ता जो परिवार इस तरह गुरु घर की लड़ न लग सके तेरे नाम को जप सके और इस परिवार के अंदर प्रेम प्यार अथवाक गुरु घर दियाँ खुशियां गुरु घर दियाँ वडियाइया गुरु घर दियाँ बख्शिशा बख्शे इस परिवार के हिरदे अंदर नाम की जोत जगावी और अपने नाम की जोत जगा के अपने नाम ना जोड़ी वाहिगुरु जी का खालसा वाहिगुरु जी की फतेह। सरदार कुलदीप सिंह गुन्ना जी सीनियर मीत प्रधान अकाली दल शहरी नूं के समय अंदर रह के दो मिनट श्रद्धांजलि भेट कर स्टेज पर आने की कृपालता कर क्यों जो दूरों नेड़ों रिश्तेदार आए होंगे ने समय सिर ही सारे काम नूं संपन्न करना हुंदा है कि सरदार हरदीप सिंह जी लमीणी जिला प्रधान देहाती दो मिनट तुसीं आओ जमन लाल जी भारत भगवती जी उन्होंने वालों शोक सुने आया और बहुत सारे सज्जन पहुंचे ने भारतीय अपने किसान यूनियन अकाली दल के प्रधान जसवंत सिंह जी राणी पुरू भी उत्थे पहुंचे ने गुरद्वारा मॉडल टाउन के प्रधान मनप्रीत सिंह जी बादल मनप्रीत सिंह जी गुरद्वारा अपने मॉडल टाउन के प्रधान सर मनप्रीत सिंह जी वह भी इतने पहुंचे ने इस तरह अकाली दल के बहुत सारे साहब गुरजीत सिंह जी केसर सिंह परिवार के सिंह जो इस वे आगू ने वो भी इतने पहुंचे ने होर बहुत सारे लीडर साहबान पहुंचे ने जिन्हें इन्होंने इस परिवार का दुख साझा किया आओ हम अपने प्रधान साहब के विचार सुनी वैसे कोई गल रह नहीं गई ली मेरे वीर ने बहुत वधिया कीर्तन दे कुछ समझा दिता है कीर्तन की माता है अफसोस के टाइम के इकट्ठे हो गए जो कीर्तन सुनते अरदास करते हैं तो मैं कहना कि जो परमात्मा मरण लिखाए मंडल में आया जो बंदे को जिंदगी मिलती है नाल ही मौत निश्चित हो जाती है ना कोई अपनी मर्जी नाल आता है तो ना ही कोई अपनी मर्जी ने जाता है
ਪਿੱਛੇ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਨੇ। ਹਰ ਬੰਦਾ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਔਰ ਸੰਸਾਰ ਤੋਂ ਜਿੰਨੇ ਸਵਾਸ ਮਿਲੇ ਆ ਉਹ ਚਲੇ ਜਾਂਦੇ ਆ। ਇਸ ਪਰਿਵਾਰ ਦੇ ਨਾਲ ਪਿਛਲੇ ਕੋਈ 40 ਸਾਲ ਤੋਂ ਮੇਰੀ ਨੇੜਤਾ ਰਹੀ ਆ। ਹੁਣ ਤਾਂ ਚਲੋ ਰਿਸ਼ਤੇਦਾਰੀ ਸੀ, ਉਹਦੇ ਤੋਂ ਪਹਿਲਾਂ ਵੀ ਮੈਂ ਲਸ਼ਕਰ ਸਿੰਘ ਅਤੇ ਅਸੀਂ ਇਕੱਠੇ ਕਾਲਜ ਪੜ੍ਹਦੇ ਸੀ। ਆ ਨਾਲ ਇੱਥੇ ਕਾਲਜ ਆ, ਕੰਧ ਟੱਪਣੀ ਅਤੇ ਰੋਟੀ ਦੇ ਟਾਈਮ ਉੱਥੇ ਪਹੁੰਚ ਜਾਣਾ। ਕਾਫੀ ਨੇੜਤਾ ਸਰਦਾਰ ਬਚਨ ਸਿੰਘ ਹੋਣਾ ਦੇ ਨਾਲ ਰਹੀ। ਜ਼ਮੀਨ ਲੈਣੀ ਸੀ, ਮੈਨੂੰ ਕਹਿਣਾ ਵੀ ਤੂੰ ਸਵੇਰੇ ਆ ਜਾ ਘਰ, ਪਿੰਡ ਪਿੰਡ ਜਾਣਾ। ਕਈ ਦਿਨ ਅਸੀਂ ਇਕੱਠਿਆਂ ਪਿੰਡਾਂ ਦੇ ਵਿੱਚ ਫਿਰੇ। ਆ ਸੁਜਾਨਪੁਰ ਲਾਗੇ ਜ਼ਮੀਨ ਲਈ ਉਹਨਾਂ ਦੇ ਨਾਲ ਬਿਤਾਏ ਉਹ ਪਲ ਯਾਦ ਨੇ। ਇੱਕ ਤਾਂ ਬਹੁਤ ਹੀ ਬਹਾਦਰ ਔਰ ਮਰਦਾਂ ਵਾਲੀ ਗੱਲ ਕਰਨੀ, ਜਿਹੜੀ ਵੀ ਗੱਲ ਉੱਤੇ ਸਟੈਂਡ ਲੈ ਰਿਹਾ ਬੜੇ ਚੰਗੇ ਢੰਗ ਨਾਲ ਆਪਣੇ ਜੀਵਨ ਬਤੀਤ ਕਰਕੇ ਸੰਸਾਰ ਤੋਂ ਗਏ ਆ। ਕੋਈ ਵੀ ਕੰਮ ਹੋਣਾ ਜਿੱਥੇ ਉਹਨਾਂ ਨੇ ਪੈਰ ਖੜੇ ਕਰ ਦੇਣੇ, ਇੱਕ ਵਾਰੀ ਲੱਗੇ ਤੋਂ ਅਸੀਂ ਬਹੁਤ ਨਜ਼ਦੀਕ ਹੋ ਕੇ ਉਹਨਾਂ ਨੂੰ ਦੇਖਿਆ ਹੈ। ਬਾਕੀ ਸਭ ਸੰਸਾਰ ਨੇ ਮਰਨਾ ਹੈ, ਜਿੰਨੇ ਵੀ ਅਸੀਂ ਆਏ ਹਾਂ ਸਾਰੇ ਦੁਨੀਆਂ ਦੇ ਵਿੱਚ। ਸਾਡੇ ਤੋਂ ਪਹਿਲਾਂ ਰਿਸ਼ੀ ਮੁਨੀ ਪੀਰ ਪੈਗੰਬਰ ਮੇਰੇ ਵੀਰ ਨੇ ਦੱਸਿਆ ਹੀ ਹੈ, ਸਾਰੇ ਦੁਨੀਆਂ ਦੇ ਵਿੱਚ ਆਏ ਆ ਉਹ ਸਾਰਿਆਂ ਨੇ ਚਲੇ ਜਾਣਾ। ਇਸ ਕਰਕੇ ਗੁਰੂ ਮਹਾਰਾਜ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ, ਸਾਡੇ ਗੁਰੂ ਸਾਹਿਬਾਨ ਦੱਸੇ ਗੁਰੂ ਸਾਹਿਬਾਨ ਸਾਰੇ ਜਿਹੜਾ ਵੀ ਸਰੀਰ ਲੈ ਕੇ ਦੁਨੀਆਂ 'ਤੇ ਆਇਆ ਹੈ ਉਹਨੇ ਛੱਡਣੇ ਆ। ਛੋਟੀ ਅਵਸਥਾ 'ਤੇ ਵੀ ਗੁਰੂ ਮਹਾਰਾਜ ਗਏ ਨੇ, 95 ਸਾਲ ਦੇ ਵਿੱਚ ਵੀ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਇਸ ਕਰਕੇ ਗੁਰੂ ਦੇ ਨਾਲ ਜੁੜੋ, ਇੱਥੋਂ ਹੀ ਆਸਰਾ ਮਿਲਣਾ ਹੈ। ਗੁਰੂ ਮਹਾਰਾਜ ਨੇ ਇਹੀ ਸਿਖਾਇਆ ਹੈ ਸਾਨੂੰ ਕਿ ਉਹਦਾ ਭਾਣਾ ਮਿੱਠਾ ਲੱਗੇ, ਉਹਦੇ ਭਾਣੇ ਦੇ ਵਿੱਚ ਰਹਿਣਾ ਹੈ। ਇਹੀ ਸ਼ਬਦਾਂ ਰਾਹੀਂ ਸਾਨੂੰ ਦੱਸਿਆ ਗਿਆ ਹੈ, ਉਹਦੀ ਰਜ਼ਾ ਵਿੱਚ ਰਹਿਣਾ ਹੈ। ਪਰਮਾਤਮਾ ਅੱਗੇ ਇਹੀ ਅਰਦਾਸ ਕਰਨੀ ਹੈ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਾਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਮੈਂ 2 ਮਿੰਟ ਵਾਸਤੇ ਉਹਨਾਂ ਦੇ ਜੀਵਨ 'ਤੇ ਇੱਕ ਪੰਛੀ ਝਾਤ ਮਾਰਾਂ ਤਾਂ ਪਤਾ ਚੱਲਦਾ ਹੈ ਕਿ ਸਰਦਾਰ ਬਚਨ ਸਿੰਘ ਜੀ ਜੋ ਪਾਕਿਸਤਾਨ ਦੇ ਵਿੱਚ ਅੰਗਰੇਜ਼ਾਂ ਨੇ ਇੱਕ ਬਾਰ ਬਣਾਈ ਸੀ, ਉਸ ਬਾਰ ਜੋ ਕਿ ਸਰਗੋਧਾ ਜ਼ਿਲ੍ਹੇ ਦੇ ਨਾਂ ਨਾਲ ਜਾਣੀ ਜਾਂਦੀ ਹੈ, ਉੱਥੋਂ ਦੇ ਪਠਾਨਕੋਟ ਵਿੱਚ ਆ ਗਏ ਸਨ ਅਤੇ ਉਹਨਾਂ ਨੇ ਆਪਣਾ ਪੜਾਅ ਪਹਿਲਾਂ ਦੌਲਤਪੁਰ ਵਿਖੇ ਕੀਤਾ। ਉਪਰੰਤ ਉਹਨਾਂ ਨੂੰ 2 ਮਰੱਬੇ ਜ਼ਮੀਨ ਜਿਹੜੀ ਇਸੇ ਏਰੀਏ ਵਿੱਚ ਪਈ ਅਤੇ ਇੱਥੇ ਉਹਨਾਂ ਨੇ ਆਪਣੀ ਰਿਹਾਇਸ਼ 4 ਭਰਾਵਾਂ ਨੇ ਕਰ ਲਈ। ਸਰਦਾਰ ਬਚਨ ਸਿੰਘ ਜੀ ਸਭ ਤੋਂ ਵੱਡੇ ਸਨ, ਉਹਨਾਂ ਦੇ ਛੋਟੇ ਭਾਈ ਸਾਹਿਬ ਨੇ ਜਥੇਦਾਰ ਹਰਭਜਨ ਸਿੰਘ ਜੀ, ਇਹਨਾਂ ਨੇ ਇਸ ਕਲੋਨੀ ਵਿੱਚ ਵਿਚਰਦਿਆਂ ਇੱਕ ਸਮਾਜਿਕ ਕੰਮ ਵੀ ਕੀਤਾ। ਇਹਨਾਂ 4 ਭਰਾਵਾਂ ਨੇ ਇਸ ਕਲੋਨੀ ਨੂੰ ਵਸਾਉਣ ਹਿੱਤ ਆਪਣੀ ਇਹ ਜ਼ਮੀਨ ਇੱਕ ਕਲੋਨੀ ਦੇ ਰੂਪ ਵਿੱਚ ਲੋਕਾਂ ਨੂੰ ਦਿੱਤੀ, ਪਲਾਟ ਵੰਡੇ ਔਰ ਇਹਨਾਂ ਨੇ ਉਸ ਪਲਾਟਾਂ ਵਿੱਚੋਂ ਹੀ ਕੋਈ 2.25 ਕਨਾਲ ਦੇ ਕਰੀਬ ਜਗ੍ਹਾ ਜਿਹੜੀ ਗੁਰਦੁਆਰਾ ਸਾਹਿਬ ਵਾਸਤੇ ਦਿੱਤੀ। ਸਰਦਾਰ ਬਚਨ ਸਿੰਘ ਜੀ ਹੁਣਾਂ ਦਾ ਉਸ ਵਿੱਚ ਬਹੁਤ ਅਹਿਮ ਰੋਲ ਰਿਹਾ। ਉਸ ਵਕਤ ਵੀ ਇਹਨਾਂ ਨੇ 70,000 ਰੁਪਇਆ ਗੁਰੂ ਘਰ ਵਾਸਤੇ ਦਿੱਤਾ ਅਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਮੁਕੰਮਲ ਹੋਈ ਸੀਗੀ। ਉਪਰੰਤ ਜਿੱਥੋਂ ਤੱਕ ਇਹਨਾਂ ਦੀ ਧਾਰਮਿਕ ਗਤੀਵਿਧੀਆਂ ਵੀ ਰਹੀਆਂ ਨੇ, ਇਹ ਸੰਨ 1992 ਤੋਂ ਲੈ ਕੇ 1997 ਤੱਕ ਗੁਰਦੁਆਰਾ ਦੇ ਪ੍ਰਧਾਨ ਵੀ ਰਹੇ ਨੇ। ਸੋ ਪਰਿਵਾਰ ਇੱਕ ਖੁੱਲ੍ਹਾ ਡੁੱਲਾ ਪਰਿਵਾਰ ਸੀ ਔਰ ਬਹੁਤ ਹੀ ਅੱਛੇ ਢੰਗ ਨਾਲ ਇਸ ਇਲਾਕੇ ਵਿੱਚ ਵਿਚਰਦਾ ਰਿਹਾ। ਮੈਂ ਜ਼ਿਆਦਾ ਲੰਮਾ ਨਾ ਜਾਂਦਾ ਹੋਇਆ ਮੈਂ ਇਹੀ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਬਚਨ ਸਿੰਘ ਜੀ ਜਿੱਥੇ ਜ਼ਮੀਨ ਜਾਇਦ ਆਪਣੀ ਇੱਥੇ ਛੱਡ ਕੇ ਗਏ ਨੇ, ਉੱਥੇ ਆਪਣੀ ਵਿਰਾਸਤ ਵਜੋਂ ਆਪਣੇ ਪਿੱਛੇ 3 ਲੜਕੇ ਅਤੇ 3 ਧੀਆਂ ਛੱਡ ਗਏ ਨੇ। ਇਹਨਾਂ ਦਾ ਜੋ ਵੱਡੇ ਤੋਂ ਛੋਟਾ ਬੇਟਾ ਜੋ ਕੈਲੀਫੋਰਨੀਆ ਵਿੱਚ ਹੈ, ਉਸਨੇ ਵੀ ਹੁਣ ਫਿਰ ਗੁਰਦੁਆਰਾ ਸਾਹਿਬ ਵਾਸਤੇ 51,000 ਰੁਪਇਆ ਭੇਜਿਆ ਹੈ। ਇਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਲਸ਼ਕਰ ਸਿੰਘ ਜੀ, ਜਿਨ੍ਹਾਂ ਦੀ ਰਹਿਨਮਾਈ ਵਿੱਚ ਹੁਣ ਗਾਂ ਪਰਿਵਾਰ ਨੇ ਚੱਲਣਾ ਹੈ, ਉਹਨਾਂ ਨੇ ਪਰਿਵਾਰ ਸਹਿਤ ਵੀ ਗੁਰਦੁਆਰਾ ਸਾਹਿਬ ਵਾਸਤੇ 51,000 ਰੁਪਇਆ ਦਿੱਤਾ ਹੈ। ਬਾਕੀ ਇਹਨਾਂ ਦੀਆਂ ਬੇਟੀਆਂ ਜੋ ਆਪਣੇ ਘਰ ਸੁਖੀ ਹਨ ਔਰ ਇੱਕ ਆਫਿਸਰ ਲਾਈਫ ਜੀ ਰਹੀਆਂ ਨੇ, ਮੈਂ ਇਹਨਾਂ ਦੇ 3 ਦਮਾਦ ਨੇ ਭਾਈ ਸਾਹਿਬ ਸੁਖਜਿੰਦਰ ਸਿੰਘ ਜੀ ਰੰਧਾਵਾ, ਕਰਨਲ ਅੰਮ੍ਰਿਤਪਾਲ ਸਿੰਘ ਜੀ ਸੋਹਤਾ, ਤਜਿੰਦਰ ਸਿੰਘ ਜੀ ਜੋ ਕਿ ਇਸ ਪਰਿਵਾਰ ਦੇ ਦਮਾਦ ਨੇ ਔਰ ਬਹੁਤ ਅੱਛਾ ਪਰਿਵਾਰ ਹੈ। ਸੋ ਮੈਂ ਸਮਾਂ ਜ਼ਿਆਦਾ ਨਾਲ ਲੈਂਦਾ ਹੋਇਆ ਮੈਂ ਅਖੀਰ ਵਿੱਚ ਮੈਂ ਉਹਨਾਂ ਦੇ ਵੱਡੇ ਬੇਟੇ ਲਸ਼ਕਰ ਸਿੰਘ ਜੀ ਨੂੰ ਕਹਾਂਗਾ ਕਿ ਉਹ ਇੱਥੇ ਆ ਜਾਣ ਤਾਂ ਕਿ ਗਾਂ ਪਗੜੀ ਦੀ ਰਸਮ ਅਦਾ ਕੀਤੀ ਜਾ ਸਕੇ। ਸੋ ਲਸ਼ਕਰ ਸਿੰਘ ਜੀ
ਭੈਣ ਜੀ ਹੁਣੀ ਜੋ ਪਗੜੀ ਦੀ ਰਸਮ ਜਾਂ ਪਗੜੀ ਲੈ ਕੇ ਆਏ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇੱਥੇ ਸਾਡੇ ਕੋਲ ਵਧਾਰਨ ਦੀ ਕਿਰਪਾਲਤਾ ਕਰਨ। ਬੋਲੇ ਸੋਨਿਹਾਲ ਸੋ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਲੰਗਰ ਤਿਆਰ ਹੈ, ਸਮੂਹ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।